निर्मल 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 की गल है, तू रो क्यों रही है? से किसे दा की वगाड़े, सारे पिंड वाले ने ताने मेड़े मारने शुरू कर दिते ने, ताडे बारे भी तरह तरह दी गल्लां करते ने लोग, बाबा जी प्रति तुहाडी भक्ति नू पखंड दसते ने। तू लोगां दी गल्लां च ना, लोग ते आवें गल्लां करदे ही ने, भला इहदे च मेरा की कसूर है जे रब ने सानू बे औलाद रखिया? तू सोडी पाशाह ते भरोसा कर, ਸੋਡੀ ਪਾਸ਼ਾ ਸਾਡੇ ਘਰ ਖੁਸ਼ੀਆਂ ਜ਼ਰੂਰ ਦੇਣਗੇ। ਹੁਣ ਤਾਂ ਆਪਣਿਆਂ ਨੇ ਵੀ ਮੇੜੇ ਮਾਰਨੇ ਸ਼ੁਰੂ ਕਰ ਦਿੱਤੇ। ਵੱਡਿਆਂ ਦਾ ਫਰਜ਼ ਬਣਦਾ ਕਿ ਛੋਟਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰ ਦੇਣ, ਨਾ ਕਿ ਉਹਨਾਂ ਦੀਆਂ ਗਲਤੀਆਂ ਦਾ ਗੁੱਸਾ ਕਰਨ। ਤੇ ਸੋਡੀ ਪਾਸ਼ਾ ਤੇ ਭਰੋਸਾ ਕਰ, ਉਹ ਸਭ ਠੀਕ ਕਰ ਦੇਗਾ, ਸਭ ਠੀਕ ਕਰ ਦੇਗਾ। ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਤਨ ਤਨ ਬਾਬਾ ਵਡਭਾਗ ਸਿੰਘ ਜੀ, ਤਨ ਤਨ ਸੋਢੀ ਪਾਤਸ਼ਾਹ ਜੀ। ਭੈਣ ਜੀ ਘਰੇ ਹੀ ਹੋ? ਲੰਘ ਗਿਆ ਸੱਤੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਨਾ ਤੈਨੂੰ ਹੀ ਅੰਦਰ ਲੰਘਣ ਲਈ ਪੁੱਛਣ ਦੀ ਲੋੜ ਪੈ ਗਈ? ਓ ਨਹੀਂ, ਮੈਂ ਕਿਆ ਪੁੱਛ ਹੀ ਲਵਾਂ ਵੀ ਘਰ ਹੈ ਵੀ ਕਿ ਨਹੀਂ। ਦੱਸ ਮੈਂ ਕਿੱਥੇ ਜਾਣਾ ਹੈ? ਭੈਣ ਜੀ ਤੁਸੀਂ ਕੁਛ ਕਰਨ ਦੇ ਸੀ? ਕੱਪੜੇ ਭਿਉਂ ਕੇ ਆਈ ਹਾਂ ਤੇ ਉਹ ਹੀ ਧੋਣੇ ਆ, ਹੋਰ ਮੈਂ ਕੀ ਕਰਨਾ। ਅੱਛਾ ਚਲੋ ਫਿਰ ਮੈਂ ਬਾਅਦ ਚੋਂ ਆ ਗਈ। ਕਿਉਂ, ਕੰਮ ਹੈ ਕੋਈ? ਹਾਂ ਕੰਮ ਤੇ ਸੀ, ਪਰ ਚਲੋ ਕੋਈ ਨੀ। ਉਹ ਦੱਸ ਤੇ ਸਹੀ ਕੀ ਗੱਲ ਹੈ? ਉਹ ਭੈਣ ਜੀ ਮੈਨੂੰ ਨਾ ਦੁੱਧ ਚਾਹੀਦਾ ਸੀ ਥੋੜਾ ਜਿਹਾ, ਮੱਝ ਨਹੀਂ ਨਾ ਚੋਈ ਹਾਲੇ ਇਹਨਾਂ ਨੇ। ਲੈ ਨਾ ਘਰ ਤੇਰਾ ਬਾਹਰ ਤੇਰਾ, ਨਾ ਦੁੱਧ ਵਾਸਤੇ ਹੁਣ ਤੈਨੂੰ ਪੁੱਛਣਾ ਪਊਗਾ। ਹੈ ਮੈਂ ਹੁਣ ਸਰਫ ਵਾਲੇ ਹੱਥ ਧੋ ਕੇ ਆਈ, ਫਿਰ ਮੈਂ ਪਾ ਦਿੰਦਾ। ਭੈਣ ਜੀ ਮੈਨੂੰ ਪਾ ਲਈ ਹੈ ਜਰਾ, ਕੋਈ ਨਾ ਮੈਂ ਆਪੇ ਪਾ ਲੂ। ਲੈ ਆਹ ਤੇ ਸਾਰਿਆਂ ਨਾਲ ਵਧੀਆ ਗੱਲ ਹੈ, ਪਤੀਲੇ ਚ ਪਿਆ ਆ ਜਿੰਨੀ ਲੋੜ ਹੈ ਪਾ ਲਾ। ਚੰਗਾ ਕਿਵੇਂ ਚੱਲ ਗਿਆ? ਸਾਡੀ ਬਿੱਲੀ ਸਾਨੂੰ ਮਿਆਉਂ। ਅੱਛਾ ਇਹਦਾ ਮਤਲਬ ਇਹ ਸਭ ਉਸੇ ਭਗਤ ਦਾ ਕਮਾਲ ਹੈ। ਅਜੀਤ ਸਿੰਘ
मेरे नाल टक्कर लैन की कोशिश कर रहा मेरे नाल हुन मजा आएगा चलिया हुन मजा आएगा खेडन दा उस्ताद जी अपनी वारी वेलो हुन तुसीं कल्ले कल्ले खेडी जांदे हो मैनू भी खिडा लो मैं उहनां नूं हुंदी मारदा तू अपनी बकवास बंद कर ठीक है तुसीं चालू रखो फिर कोत्रमनाथ 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 तू अपने मकसद च कामयाब होया के नहीं मेरे मालिक मैं पूरी कोशिश कर रहा कोशिश कोशिश पूर्णमाशी नु सिर्फ दो दिन रह गए ने जे इस पूर्णमाशी नु मैनू अजीत दी बली ना मिली ते मेरी गल याद रखी जिंदा तुम ही नहीं रहेगा पूर्णमाशी वाले दिन तू अजीत नु ललका ते फिर मैनू पुकार मैं खुद अजीत दी बली चढ़ावांगा जो हुक्म मेरे आका जो हुक्म मेरे आका चलिया जे पूर्णमाशी तक अजीत सिंह की बलि ना मिली ते मैं नहीं चलिया मैं मरना नहीं चाहता हौसला रखो उस्ताद जी हिम्मत नाल काम लो जे इत्थों तक आ गए ना ते अगे भी कोई ना कोई रस्ता जरूर निकलूगा वापस आ गया जे कौन वो शदाई जिया शदाई हाँ वो कोना कोना हाँ कोना वापस आ गया हाँ हुण की करिए चला वेखदे आ कोना आया पर साथ ले जाओ कोना आया एल एल ओए प्रसाद गाओ प्रसाद हाथ जोड़ के ਵਿਦਿਆ ਬਾਬਾ ਜੀ ਪ੍ਰਸ਼ਾਦ ਉਸਤਾਦ ਜੀ ਹੁਣ ਕੀ ਕਰੀਏ ਜੇ ਨੇ ਅਜੀਤ ਨੂੰ ਸਭ ਕੁਝ ਦੱਸਤਾ ਫੇਰ ਪ੍ਰਸ਼ਾਦ ਖਾਓ ਵਿਆਹ ਕਰਾਓ ਹੁਣ ਵੇਖ ਸਾਡਾ ਕਮਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਾਂਗਾ ਮੇਰਾ ਵਿਆਹ ਹੋਊਗਾ ਨਾ ਮੈਂ ਵੇਖਿਓ ਸਾਰੀ ਜੰਜ ਲੈ ਕੇ ਜਾਊਂਗਾ ਸਾਰੀ ਜੰਜ ਬੜਾ ਫੁੱਲ ਗਾਏਂਗੇ ਕੋਨੇ ਕੋਨੇ ਨਿਰਮਲ ਕੀ ਹੋਇਆ ਇਹਨੂੰ ਪਤਾ ਨਹੀਂ ਪ੍ਰਸ਼ਾਦ ਖਾਧਾ ਇਕਦਮ ਹੀ ਡਿੱਗ ਪਿਆ ਕੋਨੇ ਮਰ ਜਾ ਕੋਨੇ ਕੀ ਗੱਲ ਹੋ ਗਈ ਵੀਰ ਜੀ
पता नहीं की है नु हां इधर मुंह से झग निकलन रही है जरूर कोई जहरीली चीज खादी है ने ये हो गया की हो गया कौन है कौन है कौन है होना की है जी प्रसाद खाता सी बेचारा अच्छा ए सब एदी करतूत जे ਇਹਨੇ ਪ੍ਰਸ਼ਾਦ ਦੇ ਵਿੱਚ ਚਹਿਰ ਮਿਲਾ ਕੇ ਇਹਨੂੰ ਖਵਾਇਆ ਮੈਂ ਆਪਣੀ ਅੱਖੀ ਵੇਖਿਆ ਜੇ ਬੜਾ ਵੱਡਾ ਭਗਤ ਬਣਿਆ ਫਿਰਦਾ ਹੈ ਸਾਧ ਬਣਿਆ ਫਿਰਦਾ ਓਏ ਓਏ ਕੀ ਵਿਗਾੜਿਆ ਸੀ ਇਹਨੇ ਤੇਰਾ ਓਏ ਓਏ ਤੁਹਾਡਾ ਕੰਮ ਹੀ ਕਰ ਦਿੰਦਾ ਸੀ ਉਹਨੂੰ ਹੀ ਪ੍ਰਸ਼ਾਦ ਵਿੱਚ ਚਹਿਰ ਖਵਾ ਕੇ ਮਾਰਤਾ ਈ ਓਏ ਹੋਏ ਹੋਏ ਆ ਪਿੰਡ ਵਾਲਿਓ ਆ ਵੇਖੋ ਇਹਦੀ ਕਰਤੂਤ ਆ ਵੱਡਾ ਭਗਤ ਬਣਿਆ ਫਿਰਦਾ ਜੇ ਆ ਪ੍ਰਸ਼ਾਦ ਚ ਚਹਿਰ ਮਿਲਾ ਕੇ ਉਹਨੂੰ ਖਵਾ ਦਿੰਦਾ ਜੇ ਸਾਨੂੰ ਕਹਿੰਦਾ ਹੁੰਦਾ ਸੀ ਕਿ ਆ ਪਖੰਡੀ ਬਾਬੇ ਕਿੱਥੋਂ ਆ ਗਏ ਜੇ ਸਭ ਤੋਂ ਵੱਡਾ ਪਖੰਡ ਇਹ ਕਰਦਾ ਜੇ ਆ ਵੇਖੋ ਪ੍ਰਸ਼ਾਦ ਦੇ ਵਿੱਚ ਚਹਿਰ ਮਿਲਾ ਕੇ ਖਵਾਤਾ ਜੇ ਨਹੀਂ ਇਹਨੂੰ ਕੁਝ ਨਹੀਂ ਹੋਇਆ ਤੁਸੀਂ ਘਬਰਾਓ ਨਾ ਪਿੰਡ ਵਾਲਿਓ ਇਹ ਹੁਣੇ ਠੀਕ ਹੋ ਜਾਏਗਾ ਕੋਨੇ ਉੱਠ ਕੋਨੇ ਇਹਨੇ ਏਦਾਂ ਨਹੀਂ ਠੀਕ ਹੋਣਾ ਇਹਨੂੰ ਸਿਰਫ ਮੈਂ ਠੀਕ ਕਰ ਸਕਦਾ ਮੈਂ ਜੇ ਤੂੰ ਚਾਹੁੰਦਾ ਕਿ ਕੋਨਾ ਠੀਕ ਹੋਵੇ ਤਾਂ ਤੈਨੂੰ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਮੇਰੇ ਪੈਰਾਂ ਦੇ ਵਿੱਚ ਆਪਣਾ ਸਿਰ ਨਵਾਉਣਾ ਪਏਗਾ ਤੇ ਆਪਣੀ ਹਾਰ ਮੰਨਣੀ ਪਏਗੀ ਬੋਲ ਤੈਨੂੰ ਮਨਜ਼ੂਰ ਹੈ ਨਹੀਂ ਮੈਨੂੰ ਆਪਣੇ ਸੋਢੀ ਪਾਤਸ਼ਾਹ ਤੇ ਪੂਰਾ ਭਰੋਸਾ ਹੈ ਕੋਨਾ ਜ਼ਰੂਰ ਠੀਕ ਹੋਏਗਾ ਕੋਨੇ 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 ਉੱਠ ਹੇ ਸੋਢੀ ਪਾਤਸ਼ਾਹ ਆਪਣੇ ਬੱਚੇ ਤੇ ਰਹਿਮ ਕਰ ਰਹਿਮ ਕਰ ਸੋਢੀ ਪਾਤਸ਼ਾਹ ਕੋਨੇ Thank you.
ਭਗਤਾਂ ਦੇ ਵੱਲ ਪਹੁੰਚ ਗਏ, ਭਗਤਾਂ ਦੇ ਵੱਲ ਪਹੁੰਚ ਗਏ, ਭਗਤਾਂ ਦੀ ਅਰਦਾਸ ਸੁਣੀ ਤੂੰ ਹੀ ਬਖਸ਼ਣ ਹਾਰਾ ਏ, ਮੇਰੇ ਵਰਗੇ ਸੱਚੇ ਸੇਵਕ ਦਾ ਇੱਕ ਤੂੰ ਹੀ ਸਹਾਰਾ ਏ, ਮੇਰੇ ਵਰਗੇ ਸੱਚੇ ਬਾਬੇ ਨੇ ਸਭ ਠੀਕ ਕਰ ਦਿੱਤਾ। ਜੈ ਬਾਬੇ ਦੀ। ਹੇ ਸੋਢੀ ਪਾਤਸ਼ਾਹ, ਤੂੰ ਆਪਣੇ ਭਗਤ ਦੀ ਲਾਜ ਰੱਖ ਲਈ। ਦੇਖਿਓ ਪਿੰਡ ਵਾਲਿਓ, ਪਖੰਡੀ ਕੌਣ ਹੈ? ਤੁਸੀਂ ਇਹਦੇ ਮਗਰ ਲੱਗ ਕੇ ਆਪਣੇ ਘਰ ਬਰਬਾਦ ਨਾ ਕਰੋ। ਸੁਧਰ ਜਾਓ, ਅਜੇ ਵੀ ਸੁਧਰ ਜਾਓ, ਆਪਣੇ ਘਰ ਬਚਾ ਲਓ। ਤੂੰ ਪਿੰਡ ਵਾਲਿਆਂ ਨੂੰ ਭੜਕਾ ਰਿਹਾ? ਤੂੰ ਮੈਨੂੰ ਨਹੀਂ ਜਾਣਦਾ, ਮੈਂ ਕੌਣ ਆ? ਮੇਰੇ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰ ਰਿਹਾ? ਮੇਰੇ ਨਾਲ? ਹੁਣ ਵੇਖ ਮੇਰੇ ਆਖਾ, ਆਓ ਮੇਰੇ ਆਖਾ, ਆਓ ਮੇਰੇ ਆਖਾ, ਆਓ ਮੇਰੇ ਆਖਾ, ਆਓ ਮੇਰੇ ਆਖਾ। ਬਲੀ ਦੇ ਕੇ ਮੁਕਤੀ ਪਾਉਣਾ ਚਾਹੁੰਦਾ? ਤੈਨੂੰ ਮੁਕਤੀ ਮੈਂ ਦਵਾਂਗਾ। Oh.
ਬਾਬੇ ਦੀ। ਹੁਣ ਤੇਰੀ ਮੁਕਤੀ ਦਾ ਸਮੇਂ ਆ ਗਿਆ ਹੈ। ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਵਡਭਾਗ ਸਿੰਘ ਬਾਬੇ ਦੀਆਂ ਲੱਤਾਂ ਤੋੜ ਕੇ ਉਹਨੂੰ ਪਿੰਡ ਚੋਂ ਬਾਹਰ ਨਾ ਕੱਢਿਆ ਤਾਂ ਮੇਰਾ ਨਾਂ ਵੀ ਦਲਜੀਤ ਨਹੀਂ ਦਲਜੀਤ। ਸਭ ਮੇਰੀ ਗਲਤੀ ਹੈ, ਜੇ ਮੈਂ ਉਸ ਪਖੰਡੀ ਬਾਬੇ ਦੇ ਮਗਰ ਨਾ ਲੱਗਦੀ ਤਾਂ ਜੇ ਸਭ ਕੁਝ ਨਾ ਹੁੰਦਾ। ਪਰ ਮੈਨੂੰ ਕੀ ਪਤਾ ਸੀ ਕਿ ਉਸ ਨਖੱਤੇ ਬਾਬੇ ਨੇ ਇਸ ਤਰ੍ਹਾਂ ਦਾ ਨਿਕਲਣਾ। ਮੇਰੀ ਅੱਖਾਂ ਤੇ ਲਾਲਚ ਦਾ ਪਰਦਾ ਪੈ ਗਿਆ ਸੀ। ਅੱਜ ਮੇਰੇ ਕਾਰਨ ਵੀਰ ਜੀ ਦੀ ਜਾਨ ਖਤਰੇ ਚ ਹੈ। ਨਿਰਮਲ, 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 ਨਿਰਮਲ ਕਿੱਥੇ ਚਲੇ ਗਏ ਸੀ ਤੁਸੀਂ? ਤੁਹਾਨੂੰ ਕੁਝ ਹੋਇਆ ਤਾਂ ਨਹੀਂ ਨਾ? ਮੈਨੂੰ ਕੁਝ ਨਹੀਂ ਹੋਇਆ ਨਿਰਮਲ, ਤੂੰ ਹੌਸਲਾ ਰੱਖ। ਤੁਸੀਂ ਠੀਕ ਤਾਂ ਹੋ ਨਾ ਵੀਰ ਜੀ? ਮੈਂ ਬਿਲਕੁਲ ਠੀਕ ਹਾਂ ਦਲਜੀਤ, ਆ ਦੇਖ ਤੇਰੇ ਸਾਹਮਣੇ ਖੜਾ। ਉਹ ਬਾਬਾ ਤੁਹਾਨੂੰ ਕਿੱਥੇ ਲੈ ਗਿਆ ਸੀ? ਉਹ ਬਾਬਾ, ਉਹ ਬਾਬਾ ਮੇਰੀ ਬਲੀ ਦੇਣੀ ਚਾਹੁੰਦਾ ਸੀ। ਬਲੀ? ਹਾਂ, ਮੇਰੀ ਬਲੀ ਦੇ ਕੇ ਉਹ ਆਪਣੇ ਗੁਰੂ ਨੂੰ ਆਜ਼ਾਦ ਕਰਨਾ ਚਾਹੁੰਦਾ ਸੀ। ਹਾਏ ਮੈਂ ਮਰ ਜਾ। ਪਰ ਜਿਹਦੇ ਸਿਰ ਉੱਤੇ ਸੋਢੀ ਪਾਤਸ਼ਾਹ ਦੀ ਮਿਹਰ ਹੋਵੇ ਉਹਦਾ ਕੋਈ ਕੀ ਵਿਗਾੜ ਸਕਦਾ? ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਈ। ਵੀਰ ਜੀ, ਵੀਰ ਜੀ ਮੈਨੂੰ ਮਾਫ ਕਰ ਦਿਓ। ਵੀਰ ਜੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਨਾ ਸਤੀ ਨਾ, ਇਹਦੇ ਚ ਤੇਰੀ ਕੀ ਗਲਤੀ ਹੈ? ਤੂੰ ਤਾਂ ਉਸ ਪਖੰਡੀ ਬਾਬੇ ਮਗਰ ਲੱਗ ਗਈ ਸੀ। ਸਵੇਰ ਦਾ ਭੁੱਲਿਆ ਅਗਰ ਸ਼ਾਮ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਨੀ ਕਹਿੰਦੇ? ਪੁੱਤਰ ਦੇ ਲਾਲਚ ਵਿੱਚ ਮੈਂ ਉਸ ਪਖੰਡੀ ਬਾਬੇ ਦੇ ਮਗਰ ਲੱਗ ਗਈ ਤੇ ਉਹਦੀਆਂ ਸਾਰੀਆਂ ਗੱਲਾਂ ਮੰਨਣ ਲੱਗ ਪਈ। ਪਰ ਮੈਨੂੰ ਕੀ ਪਤਾ ਸੀ ਕਿ ਉਹਦੀਆਂ ਗੱਲਾਂ ਵਿੱਚ ਆ ਕੇ ਮੈਂ ਆਪਣਾ ਘਰ ਤਬਾਹ ਕਰ ਲਵਾਂਗੀ। ਵੀਰ ਜੀ ਮੈਨੂੰ ਮਾਫ ਕਰ ਦਿਓ। ਨਾ ਸਤੀ ਨਾ, ਇਹ ਪਖੰਡੀ ਬਾਬੇ ਲੋਕਾਂ ਨੂੰ ਮਗਰ ਲਾ ਕੇ ਆਪਣਾ ਰੋਜ਼ਗਾਰ ਚਲਾਉਂਦੇ ਨੇ। ਅਸੀਂ ਲੋਕ ਇਹਨਾਂ ਦੇ ਮਗਰ ਲੱਗ ਕੇ ਆਪਣਾ ਘਰ ਬਰਬਾਦ ਕਰਦੇ ਹਾਂ। ਪਰ ਅਸੀਂ ਲੋਕ ਇਹ ਭੁੱਲ ਜਾਂਦੇ ਹਾਂ ਕਿ ਕਰਨ ਵਾਲਾ ਉਹ ਮਾਲਕ ਹੈ। ਤੁਸੀਂ ਸੱਚ ਕਹਿੰਦੇ ਹੋ ਵੀਰ ਜੀ, ਮੈਂ ਭੁੱਲ ਗਈ ਸਾਂ ਕਿ ਉਹ ਮਾਲਕ ਹੀ ਸਭ ਕੁਝ ਕਰਦਾ ਹੈ। ਪਰ ਹੁਣ ਮੇਰੀ ਅੱਖਾਂ ਤੋਂ ਪਰਦਾ ਹਟ ਗਿਆ ਵੀਰ ਜੀ। ਭੁੱਲਿਆਂ ਨੂੰ ਰਾਹ ਵਿਖਾਉਣ ਵਾਲਾ ਉਹ ਸੋਢੀ ਪਾਤਸ਼ਾਹ ਹੀ ਹੈ। ਉਹਦੇ ਦਰ ਵਿੱਚ ਕੋਈ ਘਾਟਾ ਨਹੀਂ। ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਸੋਢੀ ਪਾਤਸ਼ਾਹ ਜੀ, ਧੰਨ ਧੰਨ ਸੋਢੀ ਪਾਤਸ਼ਾਹ ਜੀ। ਜੈਕਾਰਾ ਸੋਢੀ ਪਾਤਸ਼ਾਹ ਜੀ ਦਾ। ਉਹ ਸਾਡੇ ਦਰਬਾਰ ਦੀ ਜੈ। ਆਵੋ ਸੰਗਤੇ ਦਰਸ਼ਨ ਪਾਈਏ, ਚਰਨਾਂ ਦੇ ਵਿੱਚ ਸੀਸ ਝੁਕਾਈਏ। ਆਵੋ ਸੰਗਤੇ ਦਰਸ਼ਨ ਪਾਈਏ, ਚਰਨਾਂ ਦੇ ਵਿੱਚ ਸੀਸ ਝੁਕਾਈਏ। ਡੇਰਾ ਸਾਹਿਬ ਮੈਣੀ ਵਿੱਚ ਮੇਰੇ ਜਿਨ੍ਹਾਂ ਪਾਏ ਨੇ, ਫੁੱਲ ਬਰਸਾਓ ਸਾਰੇ, ਫੁੱਲ ਬਰਸਾਓ। ਸਤਿਗੁਰ ਆਏ ਨੇ, ਫੁੱਲ ਬਰਸਾਓ ਸਾਰੇ।